ਨੇ ਚੋਰੀ ਦਾ ਲੱਭਿਆ ਨਵਾਂ ਤਰੀਕਾ। 3 ਘੰਟੇ ਠੇਕੇ ਚ ਬੈਠ ਕੇ ਪੀਤੀ ਸ਼ਰਾਬ, ਚੋਰੀ ਕਰਦਿਆਂ ਦੀ ਆਪਣੀ ਹੀ ਬਣਾਈ ਵੀਡੀਓ, ਮਹਿੰਗੀ ਸ਼ਰਾਬ ਦੀਆਂ ਪੇਟੀਆਂ ਲੈ ਕੇ ਹੋਏ ਫਰਾਰ। ਜੀ ਹਾਂ, ਚੋਰਾਂ ਦੇ ਵੱਲੋਂ ਇੱਕ ਹੁਣ ਅਜੀਬੋ ਗਰੀਬ ਕਾਰਨਾਮਾ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਸ਼ਰਾਬ ਦੇ ਠੇਕੇ ਦਾ ਅੱਧੀ ਰਾਤ ਨੂੰ ਸ਼ਟਰ ਤੋੜਿਆ ਤੇ ਫਿਰ ਅੰਦਰ ਦਾਖਲ ਹੋ ਕੇ ਪਹਿਲਾਂ ਉਹਨਾਂ ਨੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਉਹਨਾਂ ਨੇ ਮਹਿੰਗੇ ਮੁੱਲ ਦੀ ਦਾਰੂ ਦੇ ਉੱਤੇ ਹੱਥ ਸਾਫ਼ ਕੀਤਾ ਅਤੇ ਉਸ ਦੀਆਂ ਕਈ ਪੇਟੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਚੋਰਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਤੋੜਿਆ ਜਾਂਦਾ ਹੈ, ਫਿਰ ਇੱਕ ਚੋਰ ਅੰਦਰ ਦਾਖਲ ਹੁੰਦਾ ਅਤੇ ਇੱਕ ਦੇ ਦਾਖਲ ਹੋਣ ਤੋਂ ਬਾਅਦ ਦੋ ਹੋਰ ਚੋਰ ਸ਼ਰਾਬ ਦੇ ਠੇਕੇ ਦੇ ਵਿੱਚ ਵੜ ਜਾਂਦੇ ਨੇ। ਉਹਨਾਂ ਦੇ ਵੱਲੋਂ ਪਹਿਲਾਂ ਤਾਂ ਅੰਦਰ 3 ਘੰਟੇ ਤੱਕ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਉਹ ਮਹਿੰਗੇ ਮੁੱਲ ਦੀਆਂ ਸ਼ਰਾਬ ਦੀਆਂ ਪੇਟੀਆਂ ਲੈ ਕੇ ਫਰਾਰ ਹੋ ਜਾਂਦੇ ਨੇ। ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਅੱਧੀ ਰਾਤ ਨੂੰ ਚੋਰਾਂ ਦੇ ਵੱਲੋਂ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ। ਠੇਕੇ ਦਾ ਸ਼ਟਰ ਤੋੜਨ ਤੋਂ ਬਾਅਦ ਪਹਿਲਾਂ ਤਾਂ ਚੋਰ ਅੰਦਰ ਬੈਠਦੇ ਨੇ, 3 ਘੰਟੇ ਤੱਕ ਉਹਨਾਂ ਦੇ ਵੱਲੋਂ ਬੈਠ ਕੇ ਸ਼ਰਾਬ ਪੀ ਜਾਂਦੀ ਹੈ, ਆਪਣੀ ਖੁਦ ਦੀ ਵੀਡੀਓ ਵੀ ਬਣਾਈ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਮਹਿੰਗੇ ਮੁੱਲ ਦੀ ਸ਼ਰਾਬ ਦੀ ਪੇਟੀਆਂ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਚੋਰਾਂ ਨੇ ਚੋਰੀ ਦਾ ਲੱਭਿਆ ਨਵਾਂ ਤਰੀਕਾ, 3 ਘੰਟੇ ਠੇਕੇ ਚ ਬੈਠ ਕੇ ਪੀਤੀ ਸ਼ਰਾਬ, ਚੋਰੀ ਕਰਦਿਆਂ ਦੀ ਆਪਣੀ ਹੀ ਬਣਾਈ ਵੀਡੀਓ, ਮਹਿੰਗੀ ਸ਼ਰਾਬ ਦੀਆਂ ਪੇਟੀਆਂ ਲੈ ਕੇ ਹੋਏ ਫਰਾਰ। ਜੀ ਹਾਂ, ਚੋਰਾਂ ਦੇ ਵੱਲੋਂ ਇੱਕ ਹੁਣ ਅਜੀਬੋ ਗਰੀਬ ਕਾਰਨਾਮਾ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਸ਼ਰਾਬ ਦੇ ਠੇਕੇ ਦਾ ਅੱਧੀ ਰਾਤ ਨੂੰ ਸ਼ਟਰ ਤੋੜਿਆ ਤੇ ਫਿਰ ਅੰਦਰ ਦਾਖਲ ਹੋ ਕੇ ਪਹਿਲਾਂ ਉਹਨਾਂ ਨੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਉਹਨਾਂ ਨੇ ਮਹਿੰਗੇ ਮੁੱਲ ਦੀ ਦਾਰੂ ਦੇ ਉੱਤੇ ਹੱਥ ਸਾਫ਼ ਕੀਤਾ ਅਤੇ ਉਸ ਦੀਆਂ ਕਈ ਪੇਟੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਚੋਰਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਤੋੜਿਆ ਜਾਂਦਾ ਹੈ, ਫਿਰ ਇੱਕ ਚੋਰ ਅੰਦਰ ਦਾਖਲ ਹੁੰਦਾ ਅਤੇ ਇੱਕ ਦੇ ਦਾਖਲ ਹੋਣ ਤੋਂ ਬਾਅਦ ਦੋ ਹੋਰ ਚੋਰ ਸ਼ਰਾਬ ਦੇ ਠੇਕੇ ਦੇ ਵਿੱਚ ਵੜ ਜਾਂਦੇ ਨੇ। ਉਹਨਾਂ ਦੇ ਵੱਲੋਂ ਪਹਿਲਾਂ ਤਾਂ ਅੰਦਰ 3 ਘੰਟੇ ਤੱਕ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਉਹ ਮਹਿੰਗੇ ਮੁੱਲ ਦੀਆਂ ਸ਼ਰਾਬ ਦੀਆਂ ਪੇਟੀਆਂ ਲੈ ਕੇ ਫਰਾਰ ਹੋ ਜਾਂਦੇ ਨੇ। ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਅੱਧੀ ਰਾਤ ਨੂੰ ਚੋਰਾਂ ਦੇ ਵੱਲੋਂ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ। ਠੇਕੇ ਦਾ ਸ਼ਟਰ ਤੋੜਨ ਤੋਂ ਬਾਅਦ ਪਹਿਲਾਂ ਤਾਂ ਚੋਰ ਅੰਦਰ ਬੈਠਦੇ ਨੇ, 3 ਘੰਟੇ ਤੱਕ ਉਹਨਾਂ ਦੇ ਵੱਲੋਂ ਬੈਠ ਕੇ ਸ਼ਰਾਬ ਪੀ ਜਾਂਦੀ ਹੈ, ਆਪਣੀ ਖੁਦ ਦੀ ਵੀਡੀਓ ਵੀ ਬਣਾਈ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਮਹਿੰਗੇ ਮੁੱਲ ਦੀ ਸ਼ਰਾਬ ਦੀ ਪੇਟੀਆਂ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਚੋਰਾਂ ਨੇ ਚੋਰੀ ਦਾ ਲੱਭਿਆ ਨਵਾਂ ਤਰੀਕਾ, 3 ਘੰਟੇ ਠੇਕੇ ਚ ਬੈਠ ਕੇ ਪੀਤੀ ਸ਼ਰਾਬ, ਚੋਰੀ ਕਰਦਿਆਂ ਦੀ ਆਪਣੀ ਹੀ ਬਣਾਈ ਵੀਡੀਓ, ਮਹਿੰਗੀ ਸ਼ਰਾਬ ਦੀਆਂ ਪੇਟੀਆਂ ਲੈ ਕੇ ਹੋਏ ਫਰਾਰ। ਜੀ ਹਾਂ, ਚੋਰਾਂ ਦੇ ਵੱਲੋਂ ਇੱਕ ਹੁਣ ਅਜੀਬੋ ਗਰੀਬ ਕਾਰਨਾਮਾ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਸ਼ਰਾਬ ਦੇ ਠੇਕੇ ਦਾ ਅੱਧੀ ਰਾਤ ਨੂੰ ਸ਼ਟਰ ਤੋੜਿਆ ਤੇ ਫਿਰ ਅੰਦਰ ਦਾਖਲ ਹੋ ਕੇ ਪਹਿਲਾਂ ਉਹਨਾਂ ਨੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਉਹਨਾਂ ਨੇ ਮਹਿੰਗੇ ਮੁੱਲ ਦੀ ਦਾਰੂ ਦੇ ਉੱਤੇ ਹੱਥ ਸਾਫ਼ ਕੀਤਾ ਅਤੇ ਉਸ ਦੀਆਂ ਕਈ ਪੇਟੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਚੋਰਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਤੋੜਿਆ ਜਾਂਦਾ ਹੈ, ਫਿਰ ਇੱਕ ਚੋਰ ਅੰਦਰ ਦਾਖਲ ਹੁੰਦਾ ਅਤੇ ਇੱਕ ਦੇ ਦਾਖਲ ਹੋਣ ਤੋਂ ਬਾਅਦ ਦੋ ਹੋਰ ਚੋਰ ਸ਼ਰਾਬ ਦੇ ਠੇਕੇ ਦੇ ਵਿੱਚ ਵੜ ਜਾਂਦੇ ਨੇ। ਉਹਨਾਂ ਦੇ ਵੱਲੋਂ ਪਹਿਲਾਂ ਤਾਂ ਅੰਦਰ 3 ਘੰਟੇ ਤੱਕ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਉਹ ਮਹਿੰਗੇ ਮੁੱਲ ਦੀਆਂ ਸ਼ਰਾਬ ਦੀਆਂ ਪੇਟੀਆਂ ਲੈ ਕੇ ਫਰਾਰ ਹੋ ਜਾਂਦੇ ਨੇ। ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਅੱਧੀ ਰਾਤ ਨੂੰ ਚੋਰਾਂ ਦੇ ਵੱਲੋਂ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ। ਠੇਕੇ ਦਾ ਸ਼ਟਰ ਤੋੜਨ ਤੋਂ ਬਾਅਦ ਪਹਿਲਾਂ ਤਾਂ ਚੋਰ ਅੰਦਰ ਬੈਠਦੇ ਨੇ, 3 ਘੰਟੇ ਤੱਕ ਉਹਨਾਂ ਦੇ ਵੱਲੋਂ ਬੈਠ ਕੇ ਸ਼ਰਾਬ ਪੀ ਜਾਂਦੀ ਹੈ, ਆਪਣੀ ਖੁਦ ਦੀ ਵੀਡੀਓ ਵੀ ਬਣਾਈ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਮਹਿੰਗੇ ਮੁੱਲ ਦੀ ਸ਼ਰਾਬ ਦੀ ਪੇਟੀਆਂ
ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਨੇ।